ਪਲੱਸ 2 ਜਮਾਤ ਦੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸਿਆਣੇ ਵਿਦਿਆਰਥੀਓ, ਪੰਜਾਬ ਅਚੀਵਮੈਂਟ ਸਰਵੇ ਨਵੰਬਰ 2020 ਜਿਸ ਨੂੰ ਆਪਾਂ ਪੈਸ ਟੈਸਟ ਵੀ ਕਹਿੰਦੇ ਹਾਂ। ਇਸ ਪੈਸ ਟੈਸਟ ਦਾ ਸਿਲੇਬਸ ਜਨਰਲ ਇੰਗਲਿਸ਼ ਕਲਾਸ 12th ਦਾ ਤੁਸੀਂ ਦੇਖ ਰਹੇ ਹੋ। ਇਸ ਸਿਲੇਬਸ ਨਾਲ ਸੰਬੰਧਿਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਸਟੱਡੀ ਕਰਾਂਗੇ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਸਟੱਡੀ ਕਰਾਂਗੇ ਪਿਆਰੇ ਵਿਦਿਆਰਥੀਓ, ਕਿਉਂਕਿ ਪੈਸ ਟੈਸਟ ਦੇ ਵਿੱਚ ਓਬਜੈਕਟਿਵ ਟਾਈਪ ਕੁਐਸਚਨਸ ਆਉਂਦੇ ਹਨ। ਅੱਜ ਆਪਾਂ ਪਹਿਲੇ ਪਾਠ ਹਸਨਸ ਅਟੈਂਡੈਂਸ ਪ੍ਰੋਬਲਮ ਨਾਲ ਸੰਬੰਧਿਤ ਸਾਰੇ ਓਬਜੈਕਟਿਵ ਟਾਈਪ ਕੁਐਸਚਨਸ ਸਟੱਡੀ ਕਰਾਂਗੇ। ਪਰ ਓਬਜੈਕਟਿਵ ਟਾਈਪ ਕੁਐਸਚਨਸ ਸਟੱਡੀ ਕਰਨ ਤੋਂ ਪਹਿਲਾਂ ਸਾਨੂੰ ਇਸ ਦੀ ਕਹਾਣੀ ਦਾ ਪਤਾ ਹੋਣਾ ਚਾਹੀਦਾ ਹੈ, ਚਾਹੇ ਕਹਾਣੀ ਆਪਾਂ ਥੋੜ੍ਹੇ ਸ਼ਬਦਾਂ ਵਿੱਚ ਹੀ ਕਿਉਂ ਨਾ ਜਾਣ ਲਈਏ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਇਸ ਪਾਠ ਦੀ ਕਹਾਣੀ, ਸੰਖੇਪ ਜੀ ਕਹਾਣੀ ਜਾਣਦੇ ਹਾਂ। ਪਿਆਰੇ ਵਿਦਿਆਰਥੀਓ, ਹਸਨ ਨਾਂ ਦਾ ਇੱਕ ਵਿਦਿਆਰਥੀ ਆਪਣੀ ਲਾਪਰਵਾਹੀ ਵਾਲੀ ਆਦਤ ਕਾਰਨ ਕਾਲਜ ਬਹੁਤ ਹੀ ਘੱਟ ਜਾਂਦਾ ਹੈ। ਅਧਿਆਪਕ ਮਾਪੇ ਮਿਲਣੀ ਦਾ ਵੀ ਉਸ 'ਤੇ ਕੋਈ ਅਸਰ ਨਹੀਂ ਹੁੰਦਾ। ਹੁਸ਼ਿਆਰ ਹੋਣ ਕਰਕੇ ਉਹ ਮਹੱਤਵਪੂਰਨ ਪ੍ਰਸ਼ਨਾਂ ਦੀ ਤਿਆਰੀ ਕਰ ਲੈਂਦਾ ਅਤੇ ਇਮਤਿਹਾਨ ਵਿੱਚੋਂ ਚੰਗੇ ਅੰਕ ਲੈ ਕੇ ਪਾਸ ਹੁੰਦਾ। ਪਰ ਆਪਣੀਆਂ ਆਦਤਾਂ ਕਾਰਨ ਜ਼ਿੰਦਗੀ ਵਿੱਚ ਫੇਲ ਹੋ ਗਿਆ। 35 ਸਾਲ ਦੀ ਉਮਰ ਤੱਕ ਉਹ ਇੱਕ ਛੋਟਾ ਜਿਹਾ ਸੇਲਜ਼ਮੈਨ ਹੀ ਬਣ ਸਕਿਆ। ਅਧਿਆਪਕਾਂ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਤੇ ਉਹਨਾਂ ਨੇ ਉਸ ਨੂੰ ਉਸ ਦੀਆਂ ਆਦਤਾਂ ਵਿੱਚ ਸੁਧਾਰ ਲਿਆਉਣ ਲਈ ਕਿਹਾ। ਹਸਨ ਨੇ ਵੀ ਆਪਣੀਆਂ ਆਦਤਾਂ ਸੁਧਾਰਨ ਦਾ ਵਾਅਦਾ ਕੀਤਾ। ਪਿਆਰੇ ਵਿਦਿਆਰਥੀਓ, ਇਸ ਪਾਠ ਦੇ ਓਬਜੈਕਟਿਵ ਟਾਈਪ ਕੁਐਸਚਨਸ ਦਾ ਅਧਿਐਨ ਕਰਨ ਤੋਂ ਪਹਿਲਾਂ ਆਪਾਂ ਇਸ ਪਾਠ ਦੇ ਪਾਤਰਾਂ, ਥਾਵਾਂ, ਘਟਨਾਵਾਂ, ਕਥਨਾਂ ਅਤੇ ਮਹੱਤਵਪੂਰਨ ਸ਼ਬਦਾਂ ਨੂੰ ਸੰਖੇਪ ਵਿੱਚ ਜਾਣ ਲੈਂਦੇ ਹਾਂ। ਹੋ ਸਕਦਾ ਹੈ ਇਹਨਾਂ ਵਿੱਚੋਂ ਵੀ ਕੋਈ ਪ੍ਰਸ਼ਨ ਪੁੱਛ ਲਿਆ ਜਾਵੇ। ਤੁਸੀਂ ਠੀਕ ਸਮਝੋ ਤਾਂ ਵੀਡੀਓ ਅੱਗੇ ਲੰਘਾ ਕੇ ਸਿੱਧਾ ਓਬਜੈਕਟਿਵ ਟਾਈਪ ਕੁਐਸਚਨਸ 'ਤੇ ਵੀ ਪਹੁੰਚ ਸਕਦੇ ਹੋ। ਗੱਲ ਕਰਦੇ ਹਾਂ ਇੰਪੋਰਟੈਂਟ ਕਰੈਕਟਰਸ ਦੀ। ਨੰਬਰ 1 ਦਾ ਨਰੇਟਰ ਕਹਾਣੀਕਾਰ ਸੁਧਾ ਮੂਰਤੀ, ਕੰਪਿਊਟਰ ਸਾਇੰਸ ਟੀਚਰ। ਨੰਬਰ 2 ਹਸਨ, ਅ ਸਟੂਡੈਂਟ ਡੂਇੰਗ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ। ਨੰਬਰ 3 ਹਸਨਸ ਫਾਦਰ, ਅ ਬਿਜ਼ਨਸਮੈਨ। ਨੰਬਰ 4 ਹਸਨਸ ਮਦਰ, ਅ ਹੋਮ ਮੇਕਰ। ਐਫਲੂਐਂਟ ਫੈਮਿਲੀ, ਧਨੀ ਪਰਿਵਾਰ, ਖੁਸ਼ਹਾਲ ਪਰਿਵਾਰ। ਇੰਪੋਰਟੈਂਟ ਪਲੇਸਿਸ, ਨੰਬਰ 1 ਅ ਕਾਲਜ ਇਨ ਬੈਂਗਲੋਰ। ਨੰਬਰ 2 ਆਫਿਸ ਆਫ ਦਾ ਨਰੇਟਰ ਸੁਧਾ ਮੂਰਤੀ। ਇੰਪੋਰਟੈਂਟ ਇੰਸੀਡੈਂਟਸ ਐਂਡ ਇੰਪੋਰਟੈਂਟ ਸਟੇਟਮੈਂਟਸ। ਨੰਬਰ 1 ਹਸਨਸ ਇਰੈਗੂਲੈਰਿਟੀ ਇਨ ਦਾ ਕਲਾਸ, ਹਸਨ ਦਾ ਜਮਾਤ ਵਿੱਚ ਘੱਟ ਵੱਧ ਆਉਣਾ। ਨੰਬਰ 2 ਸ਼ਾਰਟੇਜ ਆਫ ਅਟੈਂਡੈਂਸ, ਹਾਜ਼ਰੀ ਦਾ ਘੱਟ ਹੋਣਾ। ਨੰਬਰ 3 ਮੀਟਿੰਗ ਵਿਦ ਪੇਰੈਂਟਸ ਫਰੂਟਲੈਸ, ਮਾਪਿਆਂ ਨਾਲ ਮਿਲਣੀ ਬੇਅਸਰ। ਨੰਬਰ 4 ਹਸਨ ਇਜ਼ ਕੇਅਰਲੈਸ, ਹਸਨ ਲਾਪਰਵਾਹ ਹੈ। ਹੀ ਡਜ਼ ਓਨਲੀ ਇੰਪੋਰਟੈਂਟ ਕੁਐਸਚਨਸ, ਉਹ ਸਿਰਫ ਮਹੱਤਵਪੂਰਨ ਪ੍ਰਸ਼ਨ ਕਰਦਾ ਹੈ। ਗੈਟਸ ਫਸਟ ਡਿਵੀਜ਼ਨ, ਅਤੇ ਫਸਟ ਡਿਵੀਜ਼ਨ ਹਾਸਲ ਕਰ ਲੈਂਦਾ ਹੈ।
ਨੰਬਰ 5 ਆਫਟਰ ਮੈਨੀ ਈਅਰਸ ਹਸਨ ਮੀਟਸ ਹਿਸ ਟੀਚਰ, ਕਈ ਸਾਲਾਂ ਬਾਅਦ ਉਹ ਆਪਣੀ ਉਸ ਅਧਿਆਪਕਾ ਨੂੰ ਮਿਲਦਾ ਹੈ ਸੁਧਾ ਮੂਰਤੀ ਜੀ ਨੂੰ। 35 ਈਅਰਸ ਓਲਡ, ਬਾਲਡ ਪਲੰਪ ਇਨ ਸਿੰਪਲ ਡਰੈਸ, ਹੁਣ ਉਹ 35 ਸਾਲ ਦਾ ਹੈ, ਸਿਰ ਤੋਂ ਗੰਜਾ ਹੈ, ਗੋਲ ਮਟੋਲ ਹੈ ਤੇ ਉਸਨੇ ਸਧਾਰਨ ਕੱਪੜੇ ਪਾਏ ਹੋਏ ਹਨ। ਨੰਬਰ 6 ਹਸਨ ਕਨਫੈਸਸ ਹਿਜ ਮਿਸਟੇਕਸ, ਹਸਨ ਆਪਣੀਆਂ ਗਲਤੀਆਂ ਨੂੰ ਮੰਨਦਾ ਹੈ। ਹੀ ਰੀਕਾਲਸ, ਉਹ ਯਾਦ ਕਰਦਾ ਹੈ। ਹਾਓ ਹੀ ਸੈਡ ਨਰਡਸ ਟੂ ਹਾਰਡ ਵਰਕਿੰਗ ਕਲਾਸਮੇਟਸ, ਉਹ ਯਾਦ ਕਰਦਾ ਹੈ ਕਿਸ ਤਰ੍ਹਾਂ ਉਹ ਸਖਤ ਮਿਹਨਤ ਕਰਨ ਵਾਲੇ ਆਪਣੇ ਸਹਿਪਾਠੀਆਂ ਨੂੰ ਮੂਰਖ ਕਹਿੰਦਾ ਸੀ, ਬੋਰ ਕਹਿੰਦਾ ਸੀ। ਨੰਬਰ 7 ਨਾਓ ਹੀ ਇਜ਼ ਡੂਇੰਗ ਸਮਾਲ ਜੋਬ, ਹੁਣ ਉਹ ਬਹੁਤ ਹੀ ਛੋਟਾ ਕੰਮ ਕਰ ਰਿਹਾ ਹੈ। ਇੰਪੋਰਟੈਂਟ ਸਟੇਟਮੈਂਟਸ, ਨੰਬਰ 8 ਫਰੋਮ ਅ ਵਿੰਡੋ ਯੂ ਕੈਨ ਸੀ ਦਾ ਆਊਟਸਾਈਡ ਵਰਲਡ, ਬਟ ਫਰੋਮ ਦਾ ਆਊਟਸਾਈਡ ਯੂ ਕੈਨਟ ਸੀ ਆਲ ਦੈਟ ਇਜ਼ ਇਨਸਾਈਡ। ਸੁਧਾ ਮੂਰਤੀ ਜੀ ਆਪਣੀ ਕਲਾਸ ਦੇ ਵਿੱਚ ਅਕਸਰ ਹੀ ਇਹ ਕਹਿੰਦੇ ਸਨ, ਖਿੜਕੀ ਤੋਂ ਤੁਸੀਂ ਬਾਹਰ ਦਾ ਸੰਸਾਰ ਦੇਖ ਸਕਦੇ ਹੋ ਪਰ ਬਾਹਰ ਤੋਂ ਅੰਦਰ ਦਾ ਸਾਰਾ ਕੁਝ ਨਹੀਂ ਦੇਖ ਸਕਦੇ। ਨੰਬਰ 9 ਓਲਡ ਹੈਬਿਟਸ ਡਾਏ ਹਾਰਡ, ਪੁਰਾਣੀਆਂ ਆਦਤਾਂ ਬਹੁਤ ਮੁਸ਼ਕਲ ਨਾਲ ਜਾਂਦੀਆਂ ਹਨ, ਇਹ ਸਟੇਟਮੈਂਟ ਸੀ ਹਸਨ ਦੀ। ਨੰਬਰ 10 ਐਕਸੀਲੈਂਸੀ ਡਜ਼ ਨਾਟ ਕਮ ਬਾਏ ਐਕਸੀਡੈਂਟ ਬਟ ਬਾਏ ਪ੍ਰੈਕਟਿਸ, ਮੁਹਾਰਤ ਅਚਾਨਕ ਨਹੀਂ ਮਿਲਦੀ, ਇਸ ਦੇ ਲਈ ਅਭਿਆਸ ਕਰਨਾ ਪੈਂਦਾ ਹੈ, ਇਹ ਸਟੇਟਮੈਂਟ ਹੈ ਸੁਧਾ ਮੂਰਤੀ ਜੀ ਦੀ। ਨੰਬਰ 11 ਆਈ ਵਿਲ ਟਰਾਈ ਮਾਈ ਬੈਸਟ ਮੈਡਮ, ਮੈਡਮ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਪਿਆਰੇ ਵਿਦਿਆਰਥੀਓ, ਆਪਾਂ ਛੇਤੀ ਛੇਤੀ ਕੁਝ ਇੰਪੋਰਟੈਂਟ ਵਰਡਸ ਦੀ ਸਟੱਡੀ ਕਰ ਲੈਂਦੇ ਹਾਂ। ਨੰਬਰ 1 ਐਚ ਤਕੜਾ ਪ੍ਰਭਾਵ ਪਾਉਣਾ, ਨੰਬਰ 2 ਐਫਲੈਂਟ ਧਨੀ ਖੁਸ਼ਹਾਲ, ਨੰਬਰ 3 ਅਪੋਲੋਜੈਟਿਕਲੀ ਮੁਆਫੀ ਮੰਗਦੇ ਹੋਏ, ਨੰਬਰ 4 ਅਕਿਊਜ਼ਿੰਗਲੀ ਦੋਸ਼ ਦੇ ਕੇ, ਨੰਬਰ 5 ਪਲੰਪ ਮੋਟਾ ਗੋਲ ਮਟੋਲ, ਨੰਬਰ 6 ਪਰਪੈਚੁਅਲ ਲਗਾਤਾਰ, ਨੰਬਰ 7 ਨਰਡ ਬੋਰ ਵਿਅਕਤੀ ਮੂਰਖ, ਨੰਬਰ 8 ਗਲਿੰਪਸ ਝਲਕ। ਓਬਜੈਕਟਿਵ ਟਾਈਪ ਕੁਐਸਚਨਸ, ਕੁਐਸਚਨ ਨੰਬਰ 1 ਵਟ ਵਾਜ ਦਾ ਨਰੇਟਰਸ ਓਕੂਪੇਸ਼ਨ ਪ੍ਰੋਫੈਸ਼ਨ, ਕਹਾਣੀਕਾਰ ਕੀ ਕੰਮ ਕਰਦੇ ਸਨ? ਆਂਸਰ ਦ ਨਰੇਟਰ ਵਾਜ ਅ ਕੰਪਿਊਟਰ ਸਾਇੰਸ ਟੀਚਰ ਐਟ ਅ ਕਾਲਜ, ਕਹਾਣੀਕਾਰ ਇੱਕ ਕਾਲਜ ਵਿੱਚ ਕੰਪਿਊਟਰ ਸਾਇੰਸ ਟੀਚਰ ਸਨ। ਨੰਬਰ 2 ਵਾਈ ਵਾਜ ਹਸਨ ਨੋਟ ਨੋਟਿਸਡ ਬਾਏ ਦ ਟੀਚਰ ਇਨ ਦ ਕਲਾਸ, ਹਸਨ ਨੂੰ ਅਧਿਆਪਕਾ ਦੁਆਰਾ ਕਲਾਸ ਵਿੱਚ ਕਿਉਂ ਨਹੀਂ ਦੇਖਿਆ ਗਿਆ ਸੀ? ਆਂਸਰ ਦ ਟੀਚਰ ਡਿਡ ਨੋਟ ਨੋਟਿਸ ਹਸਨ ਬਿਕੋਜ਼ ਹੀ ਵਾਜ ਰੇਅਰਲੀ ਪ੍ਰੈਜੈਂਟ, ਉਸ ਅਧਿਆਪਕਾ ਨੇ ਹਸਨ ਨੂੰ ਇਸ ਲਈ ਨਹੀਂ ਦੇਖਿਆ ਸੀ ਕਿਉਂਕਿ ਉਹ ਬਹੁਤ ਘੱਟ ਹਾਜ਼ਰ ਹੁੰਦਾ ਸੀ। ਕੁਐਸਚਨ ਨੰਬਰ 3 ਵਾਈ ਵੁੱਡ ਦਾ ਨਰੇਟਰ ਰੈਂਡਰ ਅਟੈਂਡੈਂਸ ਟੂ ਹਸਨ ਐਵਰੀ ਟਾਈਮ, ਉਹ ਕਹਾਣੀਕਾਰ
ਹਸਨ ਨੂੰ ਹਰ ਵਾਰ ਹਾਜ਼ਰੀਆਂ ਕਿਉਂ ਦੇ ਦਿੰਦੇ ਸਨ, ਹਾਜ਼ਰੀਆਂ ਤੋਂ ਮੁਆਫ਼ੀ ਕਿਉਂ ਦੇ ਦਿੰਦੇ ਸਨ? ਆਨਸਰ, ਹੀ ਵੁੱਡ ਬੈਗ ਫਾਰ ਅਟੈਂਡੈਂਸ ਇਨ ਏ ਪਿਟੀਫੁਲ ਮੈਨਰ। ਉਹ ਬਹੁਤ ਹੀ ਤਰਸਮਈ ਹਾਲਤ ਦੇ ਵਿੱਚ ਹਾਜ਼ਰੀਆਂ ਮੰਗਦਾ, ਐਂਡ ਦ ਨਰੇਟਰ ਕੁੱਡ ਨਾਟ ਸੇ ਨੋ, ਅਤੇ ਕਹਾਣੀਕਾਰ ਉਸਨੂੰ ਨਾ ਨਾ ਕਰ ਸਕਦੇ। ਕੁਐਸਚਨ ਨੰਬਰ 4, ਵਾਈ ਵਰ ਹਸਨਸ ਪੇਰੈਂਟਸ ਕਾਲ ਟੂ ਸਕੂਲ? ਹਸਨ ਦੇ ਮਾਤਾ ਪਿਤਾ ਨੂੰ ਸਕੂਲ ਜਾਂ ਕਾਲਜ ਵਿੱਚ ਕਿਉਂ ਬੁਲਾਇਆ ਗਿਆ ਸੀ? ਆਨਸਰ, ਦੇ ਵਰ ਕਾਲਡ ਟੂ ਬੀ ਟੋਲਡ ਅਬਾਊਟ ਦ ਇਰੈਗੂਲਰ ਅਟੈਂਡੈਂਸ ਐਂਡ ਇਨਡਿਸਿਪਲਿਨਡ ਵੇਜ ਆਫ ਹਸਨ। ਉਹਨਾਂ ਨੂੰ ਇਹ ਦੱਸਣ ਲਈ ਕਾਲਜ ਬੁਲਾਇਆ ਗਿਆ ਸੀ ਕਿ ਹਸਨ ਦੀਆਂ ਹਾਜ਼ਰੀਆਂ ਘੱਟ ਹਨ ਅਤੇ ਉਸ ਵੱਲੋਂ ਅਨੁਸ਼ਾਸਨਹੀਣਤਾ ਵੀ ਕੀਤੀ ਜਾਂਦੀ ਹੈ। ਕੁਐਸਚਨ ਨੰਬਰ 5, ਡਿਊਰਿੰਗ ਵਿਚ ਡੇਜ਼ ਵੁੱਡ ਹਸਨ ਔਫਨ ਸ਼ੋ ਅਪ ਇਨ ਦਾ ਕਲਾਸ? ਹਸਨ ਕਿਹੜੇ ਦਿਨਾਂ ਦੇ ਵਿੱਚ ਅਕਸਰ ਹੀ ਕਲਾਸ ਵਿੱਚ ਹੁੰਦਾ ਸੀ? ਆਨਸਰ, ਹਸਨ ਵੁੱਡ ਸ਼ੋ ਅਪ ਡਿਊਰਿੰਗ ਕਲਾਸ ਟੈਸਟ ਡੇਜ਼ ਔਰ ਡਿਊਰਿੰਗ ਐਗਜ਼ਾਮੀਨੇਸ਼ਨਸ। ਹਸਨ ਇਮਤਿਹਾਨਾਂ ਵਿੱਚ ਅਤੇ ਕਲਾਸ ਟੈਸਟ ਦੇ ਦਿਨਾਂ ਦੇ ਵਿੱਚ ਕਲਾਸ ਵਿੱਚ ਅਕਸਰ ਹੁੰਦਾ ਸੀ। ਕੁਐਸਚਨ ਨੰਬਰ 6, ਵਟ ਵਾਜ਼ ਹਸਨਸ ਮਦਰਸ ਪਲੀ ਟੂ ਹਿਸ ਫਾਦਰ? ਹਸਨ ਦੇ ਮਾਤਾ ਜੀ ਦਾ ਉਸਦੇ ਪਿਤਾ ਨੂੰ ਕੀ ਕਹਿਣਾ ਸੀ? ਆਨਸਰ, ਹਸਨਸ ਮਦਰ ਟੋਲਡ ਹਿਸ ਫਾਦਰ ਦੈਟ ਹੀ ਸ਼ੁੱਡ ਟਾਕ ਟੂ ਹਿਮ ਫਾਰਮਲੀ। ਹਸਨ ਦੇ ਮਾਤਾ ਜੀ ਨੇ ਉਸਦੇ ਪਿਤਾ ਨੂੰ ਕਿਹਾ ਕਿ ਉਹ ਉਸ ਨਾਲ ਚੰਗੀ ਤਰ੍ਹਾਂ ਗੱਲ ਕਰੇ। ਕੁਐਸਚਨ ਨੰਬਰ 7, ਵਾਈ ਡਿਡ ਦ ਪੇਰੈਂਟ ਟੀਚਰ ਮੀਟਿੰਗ ਐਂਡ ਫਰੂਟਲੈਸਲੀ? ਮਾਪੇ ਅਧਿਆਪਕ ਮਿਲਣੀ ਵਿਅਰਥ ਕਿਉਂ ਗਈ? ਆਨਸਰ, ਦ ਮੀਟਿੰਗ ਐਂਡਡ ਫਰੂਟਲੈਸਲੀ ਬਿਕੋਜ਼ ਦੇ ਕੁੱਡ ਨਾਟ ਡਿਸਾਈਡ ਹਾਊ ਟੂ ਕਰੈਕਟ ਹਸਨ। ਉਹ ਮੀਟਿੰਗ ਇਸ ਕਰਕੇ ਬੇਅਸਰ ਰਹੀ ਕਿਉਂਕਿ ਉਹ ਇਹ ਫੈਸਲਾ ਨਹੀਂ ਕਰ ਸਕੇ ਕਿ ਹਸਨ ਨੂੰ ਕਿਵੇਂ ਠੀਕ ਕੀਤਾ ਜਾਵੇ। ਕੁਐਸਚਨ ਨੰਬਰ 8, ਡਿਸਕ੍ਰਾਈਬ ਦ ਫਿਜ਼ੀਕਲ ਅਪੀਅਰੈਂਸ ਆਫ ਹਸਨ ਵੈਨ ਹੀ ਮੈਟ ਹਿਸ ਟੀਚਰ ਆਫਟਰ ਸੈਵਰਲ ਈਅਰਸ। ਜਦੋਂ ਕਈ ਸਾਲਾਂ ਬਾਅਦ ਹਸਨ ਆਪਣੀ ਉਸ ਅਧਿਆਪਕਾ ਨੂੰ ਮਿਲਦਾ ਹੈ ਤਾਂ ਉਸ ਵਕਤ ਦਾ ਹਸਨ ਦਾ ਹੁਲੀਆ ਬਿਆਨ ਕਰੋ। ਆਨਸਰ, ਹਸਨ ਵਾਜ਼ ਅ ਮੈਨ ਆਫ 35 ਈਅਰਸ, ਫੈਟ, ਵਿਦ ਅ ਬਾਲਡ ਹੈਡ ਐਂਡ ਨੋਟ ਸਮਾਰਟਲੀ ਡਰੈਸਡ। ਹਸਨ 35 ਸਾਲ ਦਾ ਸੀ, ਮੋਟਾ ਸੀ, ਸਿਰ ਤੋਂ ਗੰਜਾ ਸੀ ਅਤੇ ਉਸਨੇ ਕੱਪੜੇ ਵੀ ਬਹੁਤੇ ਵਧੀਆ ਨਹੀਂ ਪਾਏ ਹੋਏ ਸਨ। ਕੁਐਸਚਨ ਨੰਬਰ 9, ਵਟ ਹੈਡ ਦ ਨਰੇਟਰ ਐਕਸਪੈਕਟਡ ਹਸਨ ਟੂ ਬਿਕਮ ਇਨ ਹਿਜ਼ ਲਾਈਫ? ਕਹਾਣੀਕਾਰ ਨੂੰ ਕੀ ਉਮੀਦ ਸੀ ਹਸਨ ਤੋਂ ਕਿ ਉਹ ਜ਼ਿੰਦਗੀ ਵਿੱਚ ਕੀ ਬਣੇਗਾ? ਆਨਸਰ, ਦ ਨਰੇਟਰ ਹੈਡ ਐਕਸਪੈਕਟਡ ਦੈਟ ਹਸਨ ਵੁੱਡ ਡੂ ਵੈਲ ਇਨ ਲਾਈਫ ਐਜ਼ ਹੀ ਵਾਜ਼ ਬ੍ਰਾਈਟ ਇਨ ਹਿਸ ਕਲਾਸ। ਕਹਾਣੀਕਾਰ ਨੂੰ ਇਹ ਉਮੀਦ ਸੀ ਕਿ ਹਸਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ ਕਿਉਂਕਿ ਉਹ ਜਮਾਤ ਵਿੱਚ ਵੀ ਕਾਫੀ ਅੱਛਾ ਸੀ।
ਕੁਐਸਚਨ ਨੰਬਰ 10 ਹਾਊ ਡਿਡ ਹਸਨ ਸਟੱਡੀ ਵੈਨ ਹੀ ਵਾਜ ਇਨ ਹਿਜ਼ ਕੋਲਜ। ਹਸਨ ਜਦੋਂ ਕੋਲਜ ਵਿੱਚ ਸੀ ਉਹ ਆਪਣੀ ਪੜ੍ਹਾਈ ਕਿਸ ਤਰ੍ਹਾਂ ਕਰਦਾ ਸੀ? ਆਨਸਰ, ਹੀ ਡਿਡ ਨੋਟ ਕਮ ਟੂ ਕੋਲਜ ਰੈਗੂਲਰਲੀ। ਉਹ ਰੋਜ਼ਾਨਾ ਕੋਲਜ ਨਹੀਂ ਆਉਂਦਾ ਸੀ, ਬਟ ਸਟੂਡ ਫਸਟ ਇਨ ਹਿਜ਼ ਕਲਾਸ ਐਗਜ਼ਾਮ। ਪਰ ਜਮਾਤ ਦੇ ਇਮਤਿਹਾਨ ਵਿੱਚ ਉਹ ਅਕਸਰ ਹੀ ਫਸਟ ਆਉਂਦਾ ਸੀ। ਬਾਏ ਪ੍ਰਪੇਅਰਿੰਗ ਸਮ ਇੰਪੋਰਟੈਂਟ ਕੁਐਸਚਨਸ, ਕੁਝ ਮਹੱਤਵਪੂਰਨ ਪ੍ਰਸ਼ਨਾਂ ਨੂੰ ਤਿਆਰ ਕਰਕੇ। ਕੁਐਸਚਨ ਨੰਬਰ 11, ਅਕੋਰਡਿੰਗ ਟੂ ਹਸਨ ਹੂ ਵਰ ਨਰਡਸ। ਹਸਨ ਦੇ ਅਨੁਸਾਰ ਨਰਡਸ ਕੌਣ ਸਨ, ਮੂਰਖ ਕੌਣ ਸਨ? ਆਨਸਰ, ਹਾਰਡ ਵਰਕਰਸ ਵਰ ਨਰਡਸ। ਸਖਤ ਮਿਹਨਤ ਕਰਨ ਵਾਲੇ ਮੂਰਖ ਸਨ, ਬੋਰ ਸਨ। ਕੁਐਸਚਨ ਨੰਬਰ 12, ਵਾਈ ਡਿਡ ਹਸਨ ਸਟਾਰਟ ਲਿਵਿੰਗ ਸੈਪਰੇਟਲੀ। ਹਸਨ ਨੇ ਅਲੱਗ ਰਹਿਣਾ ਕਿਉਂ ਸ਼ੁਰੂ ਕਰ ਦਿੱਤਾ ਸੀ? ਆਨਸਰ, ਹਿਜ ਫਾਦਰ ਟੋਲਡ ਹਿਮ ਟੂ ਡੂ ਸੋ ਬਿਕੋਜ਼ ਆਫ ਹਿਜ ਕੁਅਲਸਮ ਨੇਚਰ। ਉਸਦੇ ਲੜਾਕੇ ਸੁਭਾਅ ਕਾਰਨ ਉਸਦੇ ਪਿਤਾ ਜੀ ਨੇ ਅਜਿਹਾ ਕਰਨ ਵਾਸਤੇ ਉਸਨੂੰ ਕਿਹਾ ਸੀ। ਕੁਐਸਚਨ ਨੰਬਰ 13, ਵਟ ਮੇਡ ਹਸਨ ਫੀਲ ਆਪਟੀਮਿਸਟਿਕ ਵੈਨ ਹੀ ਲੈਫਟ ਦ ਨਰੇਟਰਸ ਆਫਿਸ। ਜਦੋਂ ਹਸਨ ਕਹਾਣੀਕਾਰ ਦੇ ਦਫ਼ਤਰ ਤੋਂ ਵਾਪਸ ਆਇਆ ਤਾਂ ਕਿਹੜੀ ਗੱਲ ਨੇ ਉਸਨੂੰ ਆਸ਼ਾਵਾਦੀ ਬਣਾ ਦਿੱਤਾ? ਆਨਸਰ, ਹੀ ਫੈਲਟ ਸੋ, ਉਸਨੂੰ ਅਜਿਹਾ ਮਹਿਸੂਸ ਹੋਇਆ ਵੈਨ ਹਿਸ ਟੀਚਰ ਟੋਲਡ ਹਿਮ, ਜਦੋਂ ਉਸਦੀ ਅਧਿਆਪਕਾ ਨੇ ਉਸਨੂੰ ਕਿਹਾ, ਦੈਟ ਹੀ ਹੈਡ ਦ ਅਬਿਲਿਟੀ ਟੂ ਲੀਡ ਅ ਬੈਟਰ ਲਾਈਫ ਬਾਏ ਹਾਰਡ ਵਰਕ। ਉਸ ਦੇ ਵਿੱਚ ਇਹ ਯੋਗਤਾ ਹੈ ਕਿ ਉਹ ਸਖਤ ਮਿਹਨਤ ਕਰਕੇ ਇਸ ਤੋਂ ਵਧੀਆ ਜ਼ਿੰਦਗੀ ਜਿਉਂ ਸਕਦਾ ਹੈ। ਕੁਐਸਚਨ ਨੰਬਰ 14, ਹਾਓ ਓਲਡ ਵਾਜ ਹਸਨ ਵੈਨ ਹੀ ਮੈਟ ਦ ਨਰੇਟਰ ਐਜ ਅ ਸੋਫਟਵੇਅਰ ਸੇਲਜ਼ਮੈਨ। ਹਸਨ ਦੀ ਉਮਰ ਕਿੰਨੀ ਸੀ ਜਦੋਂ ਉਹ ਕਹਾਣੀਕਾਰ ਨੂੰ ਇੱਕ ਸੋਫਟਵੇਅਰ ਸੇਲਜ਼ਮੈਨ ਦੇ ਤੌਰ 'ਤੇ ਮਿਲਿਆ? ਆਨਸਰ, 35। ਕੁਐਸਚਨ ਨੰਬਰ 15, ਹਸਨ ਸਟੱਡੀਡ ਦ ਅੰਟਾਇਰ ਕੋਰਸ ਟੂ ਸਟੈਂਡ ਫਸਟ, ਟਰੂ ਔਰ ਫਾਲਸ? ਆਨਸਰ, ਫਾਲਸ। ਪ੍ਰਸ਼ਨ ਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਹਸਨ ਫਸਟ ਆਉਣ ਵਾਸਤੇ ਸਾਰਾ ਸਿਲੇਬਸ ਸਟੱਡੀ ਕਰਦਾ ਸੀ, ਪਰ ਇਹ ਗੱਲ ਸੱਚ ਨਹੀਂ, ਇਸ ਲਈ ਆਪਾਂ ਇਸ ਨੂੰ ਫਾਲਸ ਕਹਾਂਗੇ। ਕੁਐਸਚਨ ਨੰਬਰ 16, ਹਸਨ ਕੁਡ ਨੋਟ ਰਾਈਜ ਇਨ ਹਿਜ ਕਰੀਅਰ, ਟਰੂ ਔਰ ਫਾਲਸ? ਹਸਨ ਆਪਣੇ ਕਰੀਅਰ ਦੇ ਵਿੱਚ ਜ਼ਿਆਦਾ ਕੁਝ ਨਹੀਂ ਕਰ ਸਕਿਆ, ਇਹ ਗੱਲ ਸਹੀ ਹੈ ਜਾਂ ਗਲਤ? ਸਹੀ ਹੈ, ਟਰੂ ਲਿਖਾਂਗੇ। ਕੁਐਸਚਨ ਨੰਬਰ 17, ਹਸਨ ਡਿਡ ਨੋਟ ਕੇਅਰ ਫੋਰ ਦ ਅਡਵਾਈਸ ਆਫ ਹਿਸ ਪੇਰੈਂਟਸ। ਹਸਨ ਆਪਣੇ ਮਾਤਾ ਪਿਤਾ ਦੀ ਸਿੱਖਿਆ ਦੀ ਪਰਵਾਹ ਨਹੀਂ ਕਰਦਾ ਸੀ, ਟਰੂ ਔਰ ਫਾਲਸ? ਟਰੂ, ਇਹ ਗੱਲ ਸਹੀ ਹੈ, ਇਸ ਕਰਕੇ ਆਪਾਂ ਟਰੂ ਲਿਖਾਂਗੇ। ਕੁਐਸਚਨ ਨੰਬਰ 18, ਹਸਨ ਵਾਜ ਟੋਲਡ ਬਾਏ ਹਿਸ ਫਾਦਰ ਮਦਰ ਟੂ ਲਿਵ ਸੈਪਰੇਟਲੀ, ਚੂਜ਼ ਦ ਕਰੈਕਟ ਆਪਸ਼ਨ। ਹਸਨ ਦੇ ਮਾਤਾ ਜਾਂ ਪਿਤਾ ਵਿੱਚੋਂ ਕਿਸਨੇ ਉਸਨੂੰ ਵੱਖਰਾ ਰਹਿਣ ਲਈ ਕਿਹਾ ਸੀ? ਸਹੀ ਚੋਣ ਕਰੋ।
ਤਾਂ ਕਿਉਂਕਿ ਪਿਤਾ ਜੀ ਨੇ ਕਿਹਾ ਸੀ ਇਸ ਲਈ ਆਪਾਂ ਆਂਸਰ ਲਿਖਾਂਗੇ ਫਾਦਰ। ਕੁਐਸਚਨ 19 ਨੇਮ ਦ ਰਾਈਟਰ ਆਫ ਦਿਸ ਲੈਸਨ ਆਂਸਰ ਸੁਧਾ ਮੂਰਤੀ। ਕੁਐਸਚਨ ਨੰਬਰ 20 ਅਕੋਰਡਿੰਗ ਟੂ ਹਸਨ ਨਰਡਸ ਵਰ ਨੰਬਰ 1 ਡਲ ਸਟੂਡੈਂਟਸ ਹਾਰਡ ਵਰਕਰਸ ਐਵਰੇਜ ਸਟੂਡੈਂਟਸ। ਆਪਾਂ ਨੂੰ ਪਤਾ ਹੈ ਕਿ ਨਰਡਸ ਕਿਹਨਾਂ ਨੂੰ ਕਹਿੰਦਾ ਸੀ ਹਸਨ? ਹਾਰਡ ਵਰਕਰਸ ਨੂੰ। ਤਾਂ ਆਂਸਰ ਆ ਜਾਏਗਾ ਹਾਰਡ ਵਰਕਰਸ। ਕੁਐਸਚਨ ਨੰਬਰ 21 ਹਸਨ ਵਾਜ ਐਬਸੈਂਟ ਡਿਊਰਿੰਗ ਕਲਾਸ ਟੈਸਟ ਔਰ ਐਗਜ਼ਾਮੀਨੇਸ਼ਨ। ਹਸਨ ਜਮਾਤ ਦੇ ਟੈਸਟਾਂ ਵਿੱਚ ਅਤੇ ਇਮਤਿਹਾਨਾਂ ਦੇ ਵਿੱਚ ਗੈਰ ਹਾਜ਼ਰ ਹੁੰਦਾ ਸੀ, ਟਰੂ ਔਰ ਫਾਲਸ? ਇਹ ਗੱਲ ਫਾਲਸ ਹੈ। ਜਦੋਂ ਜਮਾਤ ਦੇ ਵਿੱਚ ਟੈਸਟ ਹੁੰਦੇ ਸਨ ਜਾਂ ਇਮਤਿਹਾਨ ਹੁੰਦੇ ਸਨ ਉਦੋਂ ਹਸਨ ਕਾਲਜ ਦੇ ਵਿੱਚ ਹਾਜ਼ਰ ਹੁੰਦਾ ਸੀ, ਇਸ ਕਰਕੇ ਇਹ ਸਟੇਟਮੈਂਟ ਗਲਤ ਹੈ, ਆਪਾਂ ਲਿਖਾਂਗੇ ਫਾਲਸ। ਕੁਐਸਚਨ ਨੰਬਰ 22 ਹਸਨ ਫੈਲਟ ਡੈਸ਼ ਔਨ ਲਿਵਿੰਗ ਦ ਨਰੇਟਰਸ ਆਫਿਸ। ਹਸਨ ਨੇ ਮਹਿਸੂਸ ਕੀਤਾ ਜਦੋਂ ਉਹ ਕਹਾਣੀਕਾਰ ਦੇ ਦਫ਼ਤਰ ਤੋਂ ਵਾਪਸ ਆਇਆ ਤਾਂ ਉਸਨੇ ਆਪਣੇ ਅੰਦਰ ਕਿਉਂਕਿ ਆਸ਼ਾ ਮਹਿਸੂਸ ਕੀਤੀ ਸੀ, ਇਸ ਕਰਕੇ ਆਪਾਂ ਲਿਖਾਂਗੇ ਆਂਸਰ ਆਪਟੀਮਿਸਟਿਕ, ਆਸ਼ਾਵਾਦੀ ਭਾਵਨਾ। ਹਸਨ ਫੈਲਟ ਆਪਟੀਮਿਸਟਿਕ ਔਨ ਲਿਵਿੰਗ ਦ ਨਰੇਟਰਸ ਆਫਿਸ। ਕੁਐਸਚਨ ਨੰਬਰ 23 ਹਾਓ ਵਾਜ ਹਸਨਸ ਐਟੀਟਿਊਡ ਟੂ ਸਟੱਡੀਜ਼। ਹਸਨ ਦਾ ਅਧਿਐਨ ਸੰਬੰਧੀ, ਪੜ੍ਹਾਈ ਸੰਬੰਧੀ ਕਿਹੋ ਜਿਹਾ ਰਵੱਈਆ ਸੀ? ਚੂਜ਼ ਦ ਕਰੈਕਟ ਆਪਸ਼ਨ, ਸਹੀ ਚੋਣ ਕਰੋ। ਨੰਬਰ 1 ਹੀ ਡਿਡ ਨੋਟ ਅਟੈਂਡ ਕਾਲਜ। ਨੰਬਰ 2 ਹੀ ਸਟੱਡੀਡ ਓਨਲੀ ਇੰਪੋਰਟੈਂਟ ਕੁਐਸਚਨਸ। ਨੰਬਰ 3 ਹੀ ਸਟੱਡੀਡ ਬਾਏ ਫਿਟਸ ਐਂਡ ਸਟਾਰਟਸ। ਆਂਸਰ ਹੀ ਸਟੱਡੀਡ ਓਨਲੀ ਇੰਪੋਰਟੈਂਟ ਕੁਐਸਚਨਸ। ਤਾਂ ਪਿਆਰੇ ਵਿਦਿਆਰਥੀਓ, ਆਪਾਂ ਨੂੰ ਪਤਾ ਹੈ ਕਿ ਉਹ ਮਹੱਤਵਪੂਰਨ ਪ੍ਰਸ਼ਨਾਂ ਨੂੰ ਹੀ ਯਾਦ ਕਰਦਾ ਸੀ, ਇਸ ਕਰਕੇ ਆਪਾਂ ਇਹ ਆਪਸ਼ਨ ਜਿਹੜੀ ਸੈਕਿੰਡ ਆਪਸ਼ਨ ਹੈ ਇਸ ਨੂੰ ਚੁਣ ਲਵਾਂਗੇ। ਕੁਐਸਚਨ ਨੰਬਰ 24 ਹਸਨ ਗੋਟ ਹਿਸ ਕੰਪਿਊਟਰ ਐਜੂਕੇਸ਼ਨ ਐਟ ਅ ਕਾਲਜ ਇਨ ਵਨ ਆਫ ਦੀਜ ਸਿਟੀਜ਼। ਕਿਹੜੀ ਕਿਹੜੀ ਆਪਸ਼ਨ ਆਪਣੇ ਕੋਲ ਹਨ? ਹਸਨ ਕੰਪਿਊਟਰ ਐਜੂਕੇਸ਼ਨ ਜਿਹੜੀ ਹੈ ਉਹ ਹੇਠ ਲਿਖਿਆਂ ਦੇ ਵਿੱਚੋਂ ਕਿਸੇ ਕਾਲਜ ਦੇ ਵਿੱਚ ਲੈ ਰਿਹਾ ਸੀ। ਤਾਂ ਆਪਸ਼ਨਸ ਹਨ ਤ੍ਰਿਸੂਰ, ਤ੍ਰਿਵੇਂਦਰਮ, ਬੈਂਗਲੋਰ, ਮੈਂਗਲੋਰ। ਤਾਂ ਆਂਸਰ ਹੈ ਬੈਂਗਲੋਰ। ਕੁਐਸਚਨ ਨੰਬਰ 25 ਵਿੱਚ ਪ੍ਰੋਫੈਸ਼ਨ ਡਿਡ ਹਸਨ ਅਡੋਪਟ ਆਫਟਰ ਕੰਪਲੀਟਿੰਗ ਹਿਸ ਐਜੂਕੇਸ਼ਨ। ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਹਸਨ ਨੇ ਕਿਹੜਾ ਕੰਮ ਕੀਤਾ? ਆਪਸ਼ਨ ਹਨ ਏ ਕਾਲਜ ਟੀਚਰ, ਨੰਬਰ ਬੀ ਸਕੂਲ ਟੀਚਰ, ਸੀ ਸਟਰੀਟ ਹਾਕਰ, ਡੀ ਸੈਲਰ ਆਫ ਸੋਫਟਵੇਅਰ। ਤਾਂ ਆਂਸਰ ਆਏਗਾ ਸੈਲਰ ਆਫ ਸੋਫਟਵੇਅਰ, ਕਿਉਂਕਿ ਉਹ ਸੋਫਟਵੇਅਰ ਵੇਚਦਾ ਸੀ। ਕੁਐਸਚਨ ਨੰਬਰ 26 ਹਾਓ ਓਲਡ ਵਾਜ ਹਸਨ ਵੈਨ ਹੀ ਵੈਂਟ ਟੂ ਸੀ ਹਿਸ ਕਾਲਜ ਟੀਚਰ। ਹਸਨ ਉਦੋਂ ਕਿੰਨੇ ਸਾਲਾਂ ਦਾ ਸੀ? ਹਸਨ ਦੀ ਉਦੋਂ ਕਿੰਨੀ ਉਮਰ ਸੀ ਜਦੋਂ ਉਹ ਆਪਣੇ ਇੱਕ ਕਾਲਜ ਅਧਿਆਪਕਾਂ ਨੂੰ ਮਿਲਣ ਗਿਆ ਸੀ? ਤਾਂ ਆਪਸ਼ਨ ਹਨ 34, ਬੀ ਆਪਸ਼ਨ ਹੈ 35, ਸੀ ਆਪਸ਼ਨ ਹੈ 36, ਡੀ ਆਪਸ਼ਨ ਹੈ 37। ਤਾਂ ਆਂਸਰ, ਕਰੈਕਟ ਆਂਸਰ ਹੈ
ਬੀ 35। ਕੁਐਸਚਨ ਨੰਬਰ 27, ਕੰਪਲੀਟ ਦਾ ਓਫਨ ਰਿਪੀਟਡ ਸੈਂਟੈਂਸ ਸਪੋਕਨ ਬਾਏ ਮਿਸਿਜ ਸੁਧਾ ਮੂਰਤੀ ਇਨ ਹਰ ਕਲਾਸ। ਕਲਾਸ ਦੇ ਵਿੱਚ ਸੁਧਾ ਮੂਰਤੀ ਜੀ ਜਿਹੜਾ ਵਾਕ ਅਕਸਰ ਹੀ ਕਹਿੰਦੇ ਸਨ ਉਸ ਨੂੰ ਪੂਰਾ ਕਰੋ। ਫਰੋਮ ਅ ਵਿੰਡੋ ਯੂ ਕੈਨ ਸੀ ਆਊਟਸਾਈਡ ਵਰਲਡ ਬਟ ਫਰੋਮ ਦਾ ਆਊਟਸਾਈਡ ਡੈਸ਼। ਤਾਂ ਪਿਆਰੇ ਵਿਦਿਆਰਥੀਓ, ਆਪਾਂ ਸਟੇਟਮੈਂਟ ਕਿਉਂਕਿ ਸਟੱਡੀ ਕੀਤੀ ਸੀ, ਸਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਕੀ ਆਵੇਗਾ, ਖਾਲੀ ਥਾਂ ਦੇ ਵਿੱਚ ਕੀ ਭਰਨਾ ਹੈ ਆਪਾਂ ਨੂੰ ਪਤਾ ਹੈ। ਅਤੇ ਆਂਸਰ ਆਪਾਂ ਲਿਖਾਂਗੇ ਯੂ ਕੈਨਟ ਸੀ ਆਲ ਦੈਟ ਇਜ਼ ਇਨਸਾਈਡ। ਤਾਂ ਪੂਰੀ ਸਟੇਟਮੈਂਟ ਬਣ ਜਾਏਗੀ ਫਰੋਮ ਅ ਵਿੰਡੋ ਯੂ ਕੈਨ ਸੀ ਦਾ ਆਊਟਸਾਈਡ ਵਰਲਡ ਬਟ ਫਰੋਮ ਦਾ ਆਊਟਸਾਈਡ ਯੂ ਕੈਨਟ ਸੀ ਆਲ ਦੈਟ ਇਜ਼ ਇਨਸਾਈਡ। ਤਾਂ ਪਿਆਰੇ ਵਿਦਿਆਰਥੀਓ, ਇਹਦੇ ਨਾਲ ਹੀ ਆਪਣਾ ਪਹਿਲਾ ਚੈਪਟਰ ਜਿਹੜਾ ਹੈਗਾ ਉਹ ਸਮਾਪਤ ਹੁੰਦਾ ਹੈ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਦੂਜੇ ਚੈਪਟਰ ਨਾਲ ਸੰਬੰਧਿਤ ਓਬਜੈਕਟਿਵ ਟਾਈਪ ਕੁਐਸਚਨਸ ਸਟੱਡੀ ਕਰਾਂਗੇ। ਵੀਡੀਓ ਨੂੰ ਅੰਤ ਤੱਕ ਦੇਖਣ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਦੋਸਤੋ, ਫਿਜ਼ੀਕਲ ਐਜੂਕੇਸ਼ਨ ਤੋਂ ਇਲਾਵਾ ਤੁਸੀਂ ਇਸ ਚੈਨਲ 'ਤੇ ਇੰਗਲਿਸ਼, ਹਿਸਟਰੀ, ਇਨਵਾਇਰਮੈਂਟ, ਸਮਾਜ ਸੇਵਾ, ਕਰੋਨਾ ਕੇਅਰ ਆਦਿ ਅਨੇਕਾਂ ਟੌਪਿਕਸ 'ਤੇ ਵੀਡੀਓ ਵੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨ 'ਤੇ ਧੰਨਵਾਦ। ਯੂਟਿਊਬ ਦੀ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਣਾ ਹੈ। ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ, ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ, ਅਤੇ ਹੇਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ। ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ। ਜੇਕਰ ਕੋਈ ਵੀਡੀਓ ਦੇਖ ਰਹੇ ਹੋ, ਜਿਵੇਂ ਕਿ ਆਪਾਂ ਚੈਨਲ ਖੋਲ੍ਹ ਲਿਆ ਅਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ, ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਉਣਗੀਆਂ। ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ। ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ, ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ, ਅਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਉਣਗੀਆਂ। ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਉਣਗੀਆਂ, ਉਹਦੇ ਉੱਪਰ ਲਿਖਿਆ ਹੋਇਆ ਆਲ। ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾ ਕਰੇ। ਸਬਸਕ੍ਰਾਈਬ ਕਰਨ ਲਈ ਅਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।